ਜੌਨ ਰਸਟੇਡਰ ਸਿਰਫ 2 ਸਾਲਾਂ ਦੇ ਵਿੱਚ ਰਾਜਨੀਤਿਕ ਨਿਕਾਸ ਤੋਂ ਸੂਬੇ ਦੀ ਚੋਟੀ ਦੀ ਨੌਕਰੀ ਦੇ ਲਈ ਗੰਭੀਰ ਦਾਵੇਦਾਰ ਹੋ ਚੁੱਕੇ ਨੇ। ਰੋਸਟਡ ਦਾਸਤੇ ਨੇ ਕਿ ਜਦੋਂ ਵੀ ਉਹਨਾਂ ਨੂੰ ਅੰਡਰਐਸਟੀਮੇਟ ਕੀਤਾ ਗਿਆ ਤਾਂ ਉਹ ਇਸ ਗੱਲ ਦਾ ਵੀ ਆਨੰਦ ਮਾਣਦੇ ਨਜ਼ਰ ਆਏ ਸੁਬਾਈ ਚੋਣਾ ਦੇ ਵਿੱਚ ਵੀ ਉਹ ਖੁਦ ਨੂੰ ਕਾਫੀ ਨਜ਼ਦੀਕ ਮੰਨਦੇ ਨੇ ਪ੍ਰਿੰਸ ਜੋਰਜ ਤੋਂ 21 ਸਾਲਾ ਵਿਅਕਤੀ ਨੂੰ ਅਗਸਤ 2022 ਦੇ ਵਿੱਚ ਮੌਸਮ ਵਿੱਚ ਤਬਦੀਲੀ ਬਾਰੇ ਸਵਾਲ ਕਰਨ ਵਾਲੀ ਇੱਕ ਫੇਸਬੁੱਕ ਪੋਸਟ ਦੇ ਲਈ BC ਯੂਨਾਈਟਿਡ ਕੌਕਸ ਦੇ ਗੈਰ ਰਸਮੀ ਤੌਰ ਦੇ ਉੱਤੇ ਬਾਹਰ ਕੱਢ ਦਿੱਤਾ ਗਿਆ ਸੀ ਘਟਨਾਵਾਂ ਦਾ ਇਹ ਅਚਾਨਕ ਮੋੜ ਉਸ ਦੇ ਰਾਜਨੀਤਿਕ ਕੈਰੀਅਰ ਦੇ ਅੰਤ ਦੀ ਜਿਹੜੀ ਹੈ ਉਹ ਨਿਸ਼ਾਨਦੇਹੀ ਕਰ ਸਕਦਾ ਸੀ ਪਰ ਰੋਸਟਡ ਨੇ ਸਪ੍ਰਿੰਗ 2023 ਦੇ ਵਿੱਚ ਸੂਬੇ ਦੀ ਸਭ ਤੋਂ ਪੁਰਾਣੀ ਰਾਜਨੀਤਿਕ ਪਾਰਟੀ ਕੰਜ਼ਰਵੇਟਿਵਸ ਦੀ ਅਗਵਾਈ ਕਰਨ ਦਾ ਮੌਕਾ ਜਿਹੜਾ ਹੈ ਉਹ ਖੋਹ ਲਿਆ ਗਿਆ ਉਹਨਾਂ ਤੋਂ ਖੋਹ ਲਿਆ ਗਿਆ ਲੀਡਰਸ਼ਿਪ ਸੰਭਾਲਣ ਤੋਂ ਬਾਅਦ ਰੋਸਟਡ ਨੇ ਪਾਰਟੀ ਦੇ ਵਿੱਚ ਨਵਾਂ ਜਿਹੜਾ ਉਹ ਸਾਫ ਹੋ ਗਿਆ ਇਸ ਨੂੰ ਇਸ ਕਿਸਮ ਦੇ ਅਤੀਤ ਦੇ ਮਾਮੂਲੀ ਬਚੇ ਹੋਏ ਤੇ ਇੱਕ ਸ਼ਕਤੀਸ਼ਾਲੀ ਤਾਕਤ ਦੇ ਵਿੱਚ ਬਦਲਣਾ ਜਿਸ ਨੇ ਉਸ ਪਾਰਟੀ ਨੂੰ ਬੇਦਖਲ ਕਰਨ ਦੇ ਵਿੱਚ ਮਦਦ ਕੀਤੀ ਜਿਸ ਨੇ ਉਸ ਨੂੰ ਬੇਦਖਲ ਕੀਤਾ ਹੁਣ ਰੋਸਟਡ ਨੇ ਦੂਜੀ ਬਹੁਮਤ ਦੇ ਲਈ BCNDP ਦੀ ਜਿਹੜੀ ਬੋਲੀ ਤੇ ਆਪਣੀ ਨਜ਼ਰ ਰੱਖੀ ਆਪਣੀ ਮੌਜੂਦਾ ਸਥਿਤੀ ਦੇ ਬਾਵਜੂਦ ਰੋਸਟਡ ਜਿਸ ਨੂੰ ਜਨਤਕ ਬੋਲਣ ਦੇ ਬਹੁਤ ਵੱਡੇ ਫੋਬੀਆ ਨੂੰ ਦੂਰ ਕਰਨਾ ਪਿਆ ਸਵੀਕਾਰ ਕਰਦਾ ਹੈ ਕਿ ਉਸਨੇ ਕਦੇ ਵੀ ਰਾਜਨੀਤੀ ਦੇ ਵਿੱਚ ਕੈਰੀਅਰ ਦੀ ਕਲਪਨਾ ਨਹੀਂ ਕੀਤੀ ਸੀ ਰਸਟਡ ਦਾ ਕਹਿਣਾ ਹੈ ਕਿ BC ਦੇ ਲੈਂਡਸਕੇਪ ਬਾਰੇ ਉਸ ਦੇ ਦ੍ਰਿਸ਼ਟੀਕੋਣ ਨੇ ਉਸ ਨੂੰ ਤੇ ਉਸ ਦੀ ਪਤਨੀ ਨੂੰ ਕੈਲਗਰੀ ਜਾਣ ਦੇ ਲਈ ਲਗਭਗ ਪ੍ਰੇਰਿਆ ਹਾਲਾਂਕਿ ਉਹਨਾਂ ਨੇ ਆਖਿਰਕਾਰ ਪ੍ਰਿੰਸ ਜੋਰਜਸ ਦੇ ਵਿੱਚ ਉਹਨਾਂ ਦੇ ਮਜ਼ਬੂਤ ਪਰਿਵਾਰਕ ਸਬੰਧਾਂ ਦਾ ਜਿਹੜਾ ਉਹ ਕਦਰ ਕਰਦੇ ਹੋਏ ਰਹਿਣ ਦਾ ਫੈਸਲਾ ਵੀ ਕੀਤਾ ਸੋ ਉਹਨਾਂ ਬੜੀਆਂ ਰੁਕਾਵਟਾਂ ਨੂੰ ਖਤਮ ਕਰਨ ਦੇ ਲਈ ਰਾਜਨੀਤੀ ਦੇ ਵਿੱਚ ਆਉਣ ਦਾ ਰਾਹ ਚੁਣਿਆ ਪ੍ਰਿੰਸ ਜੋਰਜਸ ਦੇ ਵਿੱਚ ਇੱਕ ਸਕੂਲ ਟਰਸਟੀ ਵਜੋਂ ਆਪਣਾ ਕੈਰੀਅਰ ਸ਼ੁਰੂ ਕਰਦੇ ਹੋਏ ਨਸ਼ਾ ਕੋ ਲਿਕ ਸਮਲੇਜਿਸ ਨੇ ਕੀ 2005 ਤੋਂ ਆਪਣੀ ਦੀ ਨੁਮਾਇੰਦਗੀ ਕੀਤੀ ਹੈ ਉਹ ਜਨਤਕ ਸੇਵਾ ਦੇ ਵਿੱਚ ਦੋ دہਾਕਿਆਂ ਤੋਂ ਵੱਧ ਦਾ ਤਜਰਬਾ ਹੈ ਪਰ ਰਸਟਡ ਦੀ ਸਭ ਤੋਂ ਔਖੀ ਸਿਆਸੀ ਚੁਣੌਤੀ ਸੰਭਾਵਤ ਤੌਰ ਤੇ ਅੱਗੇ ਹੈ ਕਿਉਂਕਿ ਉਹ ਬੀਸੀ ਦੇ ਵਿੱਚ ਚੁਣੇ ਗਏ ਪਹਿਲੇ ਕੰਜ਼ਰਵੇਟਿਵ ਪ੍ਰੀਮੀਅਰ ਬਣਨ ਦੀ ਕੋਸ਼ਿਸ਼ ਕਰਦੇ ਨੇ ਰਸਟਡ ਹਾਊਸਿੰਗ ਜਨਤਕ ਸੁਰੱਖਿਆ ਤੇ ਕਾਰਬਨ ਟੈਕਸ ਦੇ ਵਿੱਚ ਕਟੌਤੀ ਦੇ ਆਲੇ-ਦੁਆਲੇ ਕੇਂਦ੍ਰਿਤ ਪਲੈਟਫਾਰਮ ਦੇ ਨਾਲ ਉਪਨਗਰੀ ਵੋਟਰਾਂ ਨੂੰ ਅਪੀਲ ਕਰਨ ਤੇ ਉਹਨਾਂ ਦਾ ਭਰੋਸਾ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਨੇ ਹਾਲਾਂਕਿ ਵਿਸ਼ਾਲ ਸਰੋਤਿਆਂ ਤੱਕ ਪਹੁੰਚਣ ਤੇ ਐਨਡੀਪੀ ਨੂੰ ਹਰਾਉਣ ਦੇ ਵਿੱਚ ਉਸ ਦੀ ਸਫਲਤਾ ਇਸ ਗੱਲ ਦੇ ਉੱਤੇ ਵਧੇਰੇ ਨਿਰਭਰ ਹੋ ਸਕਦੀ ਹੈ ਕਿ ਉਹ ਪ੍ਰਾਂਤ ਦੇ ਸਭ ਤੋਂ ਨਾਜ਼ੁਕ ਨਾਜ਼ੁਕ ਜਿਹੜੇ ਨੇ ਉਹਨਾਂ ਮੁੱਦਿਆਂ ਦੇ ਆਪਣੇ ਉਮੀਦਵਾਰਾਂ ਤੇ ਨਿੱਜੀ ਵਿਸ਼ਵਾਸਾਂ ਦੇ ਆਲੇ ਦੁਆਲੇ ਚੱਲ ਰਹੇ ਵਿਵਾਦਾਂ ਨੂੰ ਕਿੰਨੀ ਚੰਗੀ ਤਰ੍ਹਾਂ ਸੰਬੋਧਿਤ ਕਰਦੇ ਨੇ ਇਲੈਕਸ਼ਨਜ਼ BC ਦਾ ਕਹਿਣਾ ਹੈ ਕਿ BC ਦੀ ਰਿਕਾਰਡ ਤੋੜ ਗਿਣਤੀ ਜਿਹੜੀ ਹੈ ਸ਼ਨੀਵਾਰ ਨੂੰ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਤੋਂ ਪਹਿਲਾਂ ਹੀ ਕਾਫੀ VOTING ਪਾ ਚੁੱਕੀ ਹੈ ਯਾਨੀ ਐਡਵਾਂਸ VOTING ਕਾਫੀ ਹੋਈ ਚੋਣ ਸੰਸਾਦਾ ਕਹਿਣਾ ਹੈ ਕਿ ਸਿਰਫ 10 ਲੱਖ ਤੋਂ ਵੱਧ ਨੇ ਵੋਟ ਪਾਈ ਜੋ ਸਾਰੇ ਰਜਿਸਟਰਡ VOTERਾਂ ਦੇ 26% ਦੀ ਜਾਂ 28% ਦੀ ਤੋਂ ਵੱਧ ਦੀ ਨੁਮਾਇੰਦਗੀ ਕਰਦੇ ਨੇ ਤੇ ਸੂਬੇ ਨੂੰ ਵੱਡੀ ਸਮੁੱਚੀ ਮਤਦਾਨ ਦੇ ਲਈ ਟਰੈਕ ਤੇ ਪਾ ਰਹੇ ਨੇ ਇਹਨਾਂ ਦੇ ਵਿੱਚ ਲਗਭਗ 223000 ਲੋਕ ਸ਼ਾਮਿਲ ਨੇ ਜਿਨ੍ਹਾਂ ਨੇ ਬੁੱਧਵਾਰ ਨੂੰ ਐਡਵਾਂਸ VOTING ਦੇ ਆਖਰੀ ਦਿਨ ਐਡਵਾਂਸ ਪੋਲ 6 ਦਿਨਾਂ ਦੇ ਆਖਰੀ ਦਿਨ 40000 ਤੋਂ ਵੱਧ ਵੋਟਾਂ ਦੇ ਨਾਲ ਇੱਕ ਦਿਨ ਪਹਿਲਾਂ ਜਿਹੜਾ ਰਿਕਾਰਡ ਤੋੜ ਦਿੱਤਾ। ਕੁਝ ਰਾਈਡਿੰਗ ਨੇ ਪਹਿਲਾਂ ਹੀ 35% ਦੀ ਤੋਂ ਵੱਧ ਮਤਦਾਨ ਦੇਖਿਆ। ਬੀਸੀ ਦੇ ਵਿੱਚ گاਉਂਟਿੰਗ ਦਾ ਪਿਛਲਾ ਰਿਕਾਰਡ ਚੋਣ 2020 ਦੇ ਵਿੱਚ ਕੋਵਿਡ-19 ਮਹਾਮਾਰੀ ਦੇ ਵਿਚਕਾਰ ਨਿਰਧਾਰਿਤ ਕੀਤਾ ਗਿਆ ਸੀ। ਜਦੋਂ ਲਗਭਗ 6,70,000 ਲੋਕਾਂ ਨੇ ਜਲਦੀ ਵੋਟ ਪਾਈ ਜੋ ਰਜਿਸਟਰਡ ਵੋਟਰਾਂ ਦੇ ਲਗਭਗ 19% ਦੀ ਨੁਮਾਇੰਦਗੀ ਕਰਦੇ ਨੇ। 2020 ਦੀਆਂ ਚੋਣਾਂ ਦੇ ਵਿੱਚ ਕੁੱਲ ਮਤਦਾਨ 54% ਸੀ ਜੋ ਕਿ 2017 ਦੇ ਵਿੱਚ ਲਗਭਗ 61% ਤੋਂ ਘੱਟ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ